हाँ जी किसान भीरों, स्वागत है तुहाड़ा अपने यूट्यूब चैनल बाबा डेयरी फार्म दे उत्ते। जी अज दी वीडियो विच आपां तन नग सेलां लैके आए जी। दो मझां ने बई, एक तोकड़ा, एक दा बई कुछ क टाइम पिया गा हले। एक बई कोले जनरेटर, जनरेटर दी हालत बहुत चंगी पई है। आओ पुछ लैने बई तुहाडे। बई जी सति श्री अकाल। सति श्री अकाल जी। भाई जी। हो ठीक हो? वधिया। हाँ जी भाई जी, ठीक ठाक। नाम ते एड्रेस बोल दो। नाम भाई गुरसेव सिंह, पिंड? शहर रामपुरा भाई। ठीक है, शहर रामपुरा खास जी है ना। हाँ जी भाई। गली नंबर 6? गली नंबर 11 जी भाई। 11। ठीक है भाई, केड़ा मोहल्ला वाजदा है? ये गांधी नगर है जी भाई। गांधी नगर वाजदा। ठीक है भाई, मझ तो शुरू कर दे भाई, केड़ा सूबा सुन दिया गर्मा ने? ये दूजे सूबे सूगी भाई। किन्ना टाइम पैदा भाई? ਇਹਦੇ ਵੀਰੇ 3 ਮਹੀਨੇ ਰਹਿੰਦੇ ਹੈਗੇ। 3 ਮਹੀਨਿਆਂ ਤੋਂ ਕੋਈ 10 ਕੁ ਦਿਨ ਘੱਟ ਰਹਿੰਦੇ ਆ। ਠੀਕ ਆ ਭਾਈ, 2 ਮਹੀਨੇ 20 ਦਿਨ ਰਹਿੰਦੇ ਆ। ਠੀਕ ਆ, ਪਹਿਲੇ ਸੂਏ ਨੇ 14 ਕਿਲੋ ਦੁੱਧ ਦਿੱਤਾ ਹੈਗਾ। 14 ਕਿਲੋ ਦਾ ਰਿਕਾਰਡ ਦੱਸਿਆ ਬਾਈ ਨੇ। ਫੇਸ ਬੜਾ ਚੰਗਾ, ਸਿੰਗ ਕਵਾਲਟੀ ਚੰਗੀ ਹੈ, ਕੱਦ ਚੰਗਾ, ਰਾਜੀ ਹੈ, ਸਮੀ ਵੀ ਆ ਬਈ ਛੋਟੀ, ਤੇ ਥਣ ਦੇਖੋ, ਥਣ ਬਹੁਤ ਚੰਗਾ, ਕੱਲਾ ਕੱਲਾ ਥਣ, ਚਾਰੇ ਥਣ ਨਿਕਲ ਮੈਂ ਪੂਰੇ ਗੈਪ ਤੇ ਆ। ਬਾਕੀ ਰਾਜੀ ਹੈ, ਤਾਜ਼ੀ ਦਾ ਰਿਕਾਰਡ ਚੰਗਾ, ਤੇ ਟਾਈਮ ਬਈ ਥੋੜਾ ਹੀ ਰਹਿ ਗਿਆ, ਕੱਲੀ ਸਾਹਮਣੇ ਜ਼ਰੂਰ ਪਓ, ਉਹੇ ਜਿਹਾ ਦਾ ਮੁੱਲ ਹੋਊਗਾ। ਬਾਲ ਬੁਲ ਦੇਖੋ, ਬਾਲਟ ਲਾਉਣ ਤੋਂ ਐਸਟੀਮੇਟ ਲਾ ਲਿਓ। ਦੁੱਧ ਵਾਕਈ ਚੰਗਾ ਦਿੱਤਾ ਵਾ, ਹੁਣ ਦੁੱਧੋਂ ਡਰਾਈ ਆ ਬਾਈ। ਤੇ ਕੀ ਮੁੱਲ ਆ ਬਾਈ ਇਹਦਾ? ਬਾਈ ਜੀ ਹੁਣ ਤੇ ਮੁੱਲ ਕਰਾਂਗੇ ਜੀ, ਆਪਣੇ ਕੋਲ ਸਾਰੇ ਘਰ ਦੇ ਪਸ਼ੂ ਆ ਬਾਈ ਦੋਨੇ। ਠੀਕ ਆ, ਹਾਂ ਕੋਈ ਵਪਾਰ ਦਾ ਕੰਮ ਨਹੀਂ ਜੀ। ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ, ਬਾਈ ਦੇ ਘਰ ਦੇ ਪਸ਼ੂ ਆ, ਕੋਈ ਵਪਾਰ ਦਾ ਕੰਮ ਨਹੀਂਗਾ। ਮੱਝਾਂ ਤਾਂ ਬਾਈ ਕੋਲੇ ਤਕਰੀਬਨ 24-25 ਸੀ ਨਾ ਬਾਈ? ਹਾਂ ਜੀ ਬਾਈ। ਹਾਂ, ਸਾਰੀਆਂ ਵੇਚਤੀਆਂ ਬਾਈ, ਇਹ ਦੋ ਹੀ ਰਹਿ ਗਈਆਂ, ਕਿਉਂ ਬਾਈ ਨੇ ਥੋੜਾ ਜਿਹਾ ਕੰਮ ਛੱਡਿਆ, ਹੋਰ ਪਾਸੇ ਬਾਈ ਨੇ ਫਾਰਮ ਪਾਇਆ ਗਾ। ਅੱਗੇ ਬਈ ਤੋਕੜਾ ਇਹ? ਹਾਂਜੀ ਬਾਈ, ਇਹ ਤੋਕੜ ਹੈਗੀ, ਇਹਦੇ ਥੱਲੇ 6 ਕਿਲੋ ਦੁੱਧ ਆ ਬਾਈ। ਓਕੇ, ਹਾਂਜੀ ਬਾਈ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਏ ਹੋਣਗੇ ਬਾਈ 3.5-4 ਮਹੀਨੇ। 3.5-4 ਮਹੀਨੇ। ਕੋਈ ਬੱਚਾ ਹੈ ਨਹੀਂ ਬਾਈ ਦੇ ਮਗਰ, ਕੋਈ ਠੀਕ ਆ, ਬੱਚਾ ਹੈ ਨਹੀਂ। ਥਣ ਬਹੁਤ ਚੰਗਾ, ਚਿਹਰੇ ਥਣ ਨਿਕਲ ਮੈਂ, ਨਾੜਾ ਨੂੜਾ, ਫੁੱਲ ਚੰਗੇ, ਲੇਵਾ ਚੰਗਾ, ਹੈਂਡ ਫੋਨ ਚੰਗੀ ਆਉਂਦੀ, ਉਹ ਤੋਕੜ ਹੋਈ ਵੀ ਹੈ ਨਾ ਵੀਰੇ। ਤੇ ਕੀ ਮੁੱਲ ਫਿਰ ਫੋਨ ਤੇ ਹੋ ਜਾਓ? ਫੋਨ ਤੇ ਕਰ ਲਾਂਗੇ ਬਾਈ ਮੁੱਲ। ਠੀਕ ਹੈ, ਜਾਇਜ਼ ਹੀ ਹੋਣਾ? ਜਾਇਜ਼ ਮੁੱਲ ਹੋਣਗੇ, ਕੋਈ ਬਾਈ ਜਾਇਜ਼ ਨਹੀਂ, 2 ਹੀ ਨਗ ਰਹਿ ਗਏ ਆਪਣੇ ਕੋਲੇ। ਠੀਕ ਆ ਬਾਈ, ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ, ਕੋਈ ਬਾਹਲਾ ਮੁੱਲ ਨਹੀਂ ਕਰਦੇ ਬਈ। ਆਰਡਰ ਚੰਗਾ, ਥਾਣ ਚੰਗਾ, ਚਵਾਈ ਚੰਗੀ ਆ ਬਾਈ? ਚਵਾਈ ਚੰਗੀ ਆ ਬਾਈ? ਹਾਂ ਹਾਂ ਬਾਈ, ਜਮਾ ਓਕੇ ਆ ਸਾਰਾ ਕੁਝ। ਪਤਲੇ ਪਿੰਡੇ ਦੀ ਆ ਬਾਈ, ਤੇ ਮੁੱਲ ਆ ਜਿਹੜਾ ਫੋਨ ਤੇ ਹੋ ਜਾਊਗਾ। ਅੱਗੇ ਬਾਈ ਜਨੈਕਟਰ ਕਿਹੜਾ ਮਾਡਲ ਆ ਬਾਈ? ਇਹ ਬਾਈ 11-12 ਮਹੀਨੇ ਹੋਏ ਲਿਆ ਤੈਨੂੰ ਬਾਈ, ਇਹ ਜੈਤੋ ਵਾਲਾ, ਜਿਹੜੇ ਡੋਡ ਡੋਡਾ ਵਾਲੇ ਜੈਤੋ ਵਾਲੇ। ਠੀਕ ਆ, ਆਲੇ ਲਿਖਿਆ ਵਾ FC ਡੋਡ ਹੈ ਨਾ, ਹਾਂ ਲਿਖਿਆ ਵੀ ਪਏਗਾ। ਨੰਬਰ ਵੀ ਅਜੇ ਕੋਈ ਸਟicker ਸ਼ੁਕਰ ਕੁਛ ਨਹੀਂ ਲਿਆ, ਰੰਗ ਰੁੰਗ ਕੱਖ ਨਹੀਂ ਲਿਆ। ਠੀਕ ਆ, ਸਾਰੇ ਥਲੇ 40-50 ਲੀਟਰ ਤੇਲ ਫੂਕਿਆ ਉਹਦੇ ਤਾਂ ਹੀ ਬਸ। ਠੀਕ ਆ ਬਾਈ, ਕਿੰਨੇ ਘੰਟੇ ਦਾ ਕਿੰਨਾ ਤੇਲ ਖਾਂਦਾ ਤੁਸੀਂ ਦੱਸੋ? ਇਹ 400 ਗ੍ਰਾਮ ਬਾਈ ਕੰਪਨੀ ਵਾਲੇ ਆਪ ਕਹਿੰਦੇ ਸੀਗੇ। ਠੀਕ ਆ, 400 400 ਗ੍ਰਾਮ ਖਾਂਦਾ ਹੈਗਾ ਇੱਕ ਘੰਟੇ ਘੰਟੇ ਦਾ। ਠੀਕ ਆ, ਸਾਇਲੈਂਟ ਵਾਲਾ ਚੱਲਦਾ, ਬਿਲਟ ਵਾਲਾ ਬਾਈ। ਠੀਕ ਆ, ਬਿਲਟ ਵਾਲਾ ਸਾਇਲੈਂਟ ਹੀ ਚੱਲਦਾ ਹੈਗਾ। ਇੰਜਨ ਕਿੰਨੇ ਪਾਵਰ ਦਾ ਬਾਈ? ਇੰਜਨ ਬਾਈ ਉਹ 10 ਦਾ ਕਹਿੰਦੇ ਸੀਗੇ। ਠੀਕ ਆ, ਜਨਰੇਟਰ ਮਤਲਬ 7.5 ਦਾ ਸ਼ਾਇਦ, 7.5 ਦਾ। ਠੀਕ ਆ, ਤੇ ਮੁੱਲ ਕੀ ਇਹਦਾ? ਜਾਇਜ਼ ਮੁੱਲ ਫੋਨ ਤੇ ਕਰ ਲਾਂਗੇ ਬਾਈ, ਕੋਈ ਗੱਲ ਨਹੀਂ, ਜਾਇਜ਼ ਜੀ ਕੋਈ ਗੱਲ ਨਹੀਂ ਬਾਈ, ਨਹੀਂ ਜਾਇਜ਼। ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ, ਮੁੱਲ ਆ ਜਿਹੜਾ ਕੰਡੀਸ਼ਨ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ। ਇੱਥੇ ਵੀ ਬਾਈ ਨੰਬਰ ਪਲੇਟ ਲੱਗੀ ਹੋਈ ਹੈ, ਇਹਦੇ ਤੋਂ ਪੜ ਲਿਓ ਜੋ ਵੀ ਹੈ ਹਨਾ। ਠੀਕ ਆ ਬਾਈ, ਨਾਗਸੀ ਭਰਾ ਕੋਲੇ 3 ਹੀ ਜਨਰੇਟਰ ਹੋ ਗਿਆ, 2 ਮੱਝਾਂ ਹੋ ਗਈਆਂ ਬਾਈ, ਤੇ ਕਿਸੇ ਵੀ ਇਹਦੇ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ ਬਾਈ। ਮੋਬਾਈਲ ਨੰਬਰ ਬੋਲ ਵੀਰੇ। 99056 ਜੀ ਬਾਈ, 0000-49। ਠੀਕ ਹੈ, ਇਹ ਬਾਈ ਦਾ ਕੰਟੈਕਟ 99056-0049। ਠੀਕ ਹੈ ਬਾਈ, ਓਕੇ, ਧੰਨਵਾਦ।